ਜੁੜ ਜਾਣ। ਫੇਰ ਇਹ ਇੰਪੋਰਟੈਂਟ ਅੱਜ ਦਾ ਜਿਹੜਾ ਇਹ ਮੈਂ ਲਾਈਵ ਕਰ ਰਿਹਾ, ਇਹ ਬਹੁਤ ਮਹੱਤਵਪੂਰਨ ਵਿਸ਼ੇ ਕਵਾਂਗਾ ਕਿ ਗੱਲ ਹੈ। ਕੱਲ ਆਪਾਂ ਸਾਰਿਆਂ ਨੂੰ ਤੁਹਾਨੂੰ ਸਮਾਂ ਦਿੱਤਾ ਸੀ ਕਿ ਆਪਾਂ 11 ਵਜੇ ਨੋਮੀਨੇਸ਼ਨ ਪੇਪਰ ਫਾਈਲ ਕਰਨੇ ਆ, ਤੇ ਸਾਰਿਆਂ ਨੇ ਤੁਸੀਂ ਹੁੰਮ ਹਮਾ ਕੇ ਉੱਥੇ ਪਹੁੰਚਣ ਦੀਆਂ ਤੁਹਾਡੀਆਂ ਤਿਆਰੀਆਂ ਮੈਨੂੰ ਲੱਗਦਾ ਕਿ ਉਹ ਮੁਕੰਮਲ ਸਨ, ਤੇ ਤੁਹਾਡਾ ਸਾਰਿਆਂ ਦਾ, ਕਿਉਂਕਿ ਪਹਿਲਾਂ ਵੀ ਤੁਸੀਂ ਸਾਰੇ ਲੁਧਿਆਣੇ ਵਾਲਿਆਂ ਨੇ ਬਹੁਤ ਭਰਵਾਂ ਸਵਾਗਤ ਕੀਤਾ ਜਿਸ ਦਿਨ ਮੈਂ ਇੱਥੇ ਆਇਆ, ਔਰ ਨਿਰੰਤਰ ਜਿਹੜੇ ਪ੍ਰੋਗਰਾਮ ਹੋ ਰਹੇ ਨੇ ਉਹਦੇ ਚ ਤੁਸੀਂ ਬਹੁਤ ਸਾਰੇ ਲੋਕ ਮੈਨੂੰ ਪਿਆਰ ਦੇ ਰਹੇ ਹੋ। ਪਰ ਉਹ ਕੱਲ ਦਾ ਪ੍ਰੋਗਰਾਮ ਜਦੋਂ ਸੁਰਜੀਤ ਪਾਤਰ ਸਾਹਿਬ, ਪੰਜਾਬੀ ਦੇ ਮਹਾਨ ਰਖਵਾਲੇ ਮੈਂ ਸਮਝਦਾ ਕਿ ਜਿਨ੍ਹਾਂ ਨੇ ਪੰਜਾਬ ਦਾ, ਪੰਜਾਬੀਅਤ ਦਾ ਔਰ ਪੰਜਾਬੀ ਮਾਂ ਬੋਲੀ ਦਾ ਨਾਮ ਦੁਨੀਆਂ ਭਰ ਦੇ ਵਿੱਚ ਰੋਸ਼ਨ ਕੀਤਾ, ਕੱਲ ਉਹਨਾਂ ਦੀ ਅਚਨਚੇਤ ਉਹਨਾਂ ਦਾ ਚਲੇ ਜਾਣਾ, ਇਹ ਪੂਰੇ ਸਮੁੱਚੇ ਦੇਸ਼ ਸ਼ਫਾ ਹੁੰਦੀ ਹੈ, ਕਿਰਪਾ ਹੁੰਦੀ ਹੈ ਉਹਨਾਂ ਤੇ। ਸੋ ਉਹ ਆਪਦਾ ਨਾਮ ਵੀ ਕਮਾਉਂਦੇ ਨੇ ਔਰ ਲੋਕ ਸੇਵਾ ਦੇ ਪਿੜ ਵਿੱਚ ਆਪਦਾ ਵੱਡਾ ਯੋਗਦਾਨ ਪਾਉਂਦੇ ਨੇ। ਸੋ ਸੁਰਜੀਤ ਪਾਤਰ ਜੀ ਸਾਡੇ ਵਿਚਕਾਰ ਨਹੀਂ ਰਹੇ, ਸੋ ਕੱਲ ਉਹਨਾਂ ਦਾ ਅੰਤਿਮ ਸੰਸਕਾਰ 11 ਵਜੇ ਰੱਖਿਆ ਹੈ। ਸੋ ਮੈਨੂੰ ਲੱਗਦਾ ਕਿ ਸਾਨੂੰ ਨੋਮੀਨੇਸ਼ਨ ਜਿਹੜੇ ਆਪਦੇ ਕਾਗਜ਼ ਹੈ ਉਹ ਸ਼ਾਂਤਮਈ ਤਰੀਕੇ ਦੇ ਨਾਲ ਭਰਨੇ ਚਾਹੀਦੇ ਹੈ। ਸੋ ਇਸ ਕਰਕੇ ਸਮੁੱਚੇ ਭਰਾਵਾਂ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਜਿਹੜਾ ਸਾਰਾ ਆਪਣਾ ਰੋਡ ਸ਼ੋਅ ਦਾ ਔਰ ਪ੍ਰੋਗਰਾਮ ਸੀਗਾ ਉਹਦੇ ਤੇ ਹੁਣ ਆਪਾਂ ਵਿਰਾਮ ਲਾਉਂਦੇ ਹੋਏ, ਜਾਣੀ ਕਿ ਉਹਨੂੰ ਕੈਂਸਲ ਕਰਦੇ ਹੋਏ, ਪਾਤਰ ਸਾਹਿਬ ਦੇ ਅੰਤਿਮ ਸੰਸਕਾਰ ਦੇ ਵਿੱਚ ਸ਼ਾਮਿਲ ਹੋ ਕੇ ਹਾਜ਼ਰੀ ਲਵਾ ਕੇ ਤੇ ਫੇਰ ਮੈਂ ਆਪਦੇ ਨੋਮੀਨੇਸ਼ਨ ਪੇਪਰ ਭਰਾਂਗਾ ਔਰ ਅਸੀਂ ਸਾਰੇ ਇਕੱਲੇ ਕੰਟੈਸਟਡ ਕੈਂਡੀਡੇਟ ਤੇ ਸਾਡੇ ਜ਼ਿਲ੍ਹੇ ਪ੍ਰਧਾਨਾਂ ਨੂੰ ਹੀ ਉੱਥੇ ਸੱਦਾਂਗੇ ਤਾਂ ਜੋ ਅਸੀਂ ਨੋਮੀਨੇਸ਼ਨ ਫਾਰਮ ਸੁਰਜੀਤ ਪਾਤਰ ਜੀ ਨੂੰ ਯਾਦ ਕਰਦਿਆਂ ਹੋਇਆਂ ਔਰ ਆਪਦੇ ਸੱਚੇ ਪਾਤਸ਼ਾਹ ਦਾ ਨਾਂ ਲੈਂਦਿਆਂ ਹੋਇਆਂ ਦਾਖਲ ਕਰਕੇ ਆਵਾਂਗੇ। ਸੋ ਕੱਲ ਦਾ ਜਿਹੜਾ ਧੂਮ ਧਾਮ ਵਾਲਾ ਪ੍ਰੋਗਰਾਮ ਸੀ ਉਹਨੂੰ ਕੈਂਸਲ ਸਮਝਿਆ ਜਾਵੇ ਤੇ ਕਿਸੇ ਨੂੰ ਵੀ ਇਕੱਠ ਜਾਂ ਬੰਦੇ ਲੈ ਕੇ ਆਉਣ ਦੀ ਲੋੜ ਨਹੀਂ ਹੈ। ਸੋ ਦੁਬਾਰਾ ਫੇਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪਿਆਰ ਦੇਣ ਲਈ, ਮੈਨੂੰ ਮੁਹੱਬਤ ਦੇ ਲਈ। ਆਸ ਕਰਾਂਗਾ ਕਿ ਅਗਰ ਮੌਕਾ ਮਿਲਿਆ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਜਾਣ ਦਾ ਤਾਂ ਮੈਂ ਸਮੁੱਚੇ ਪੰਜਾਬ ਦੇ ਲੋਕਾਂ ਦੇ ਮਸਲਿਆਂ ਤੇ ਦੇਸ਼ ਦੀ ਪਾਰਲੀਮੈਂਟ ਵਿੱਚ ਚਰਚਾ ਕਰ ਸਕਾਂ ਔਰ ਲੁਧਿਆਣੇ ਦੇ ਜਿਹੜੇ ਅਹਿਮ ਮੁੱਦੇ ਹੈ ਉਹਨਾਂ ਦੀ ਲੜਾਈ ਦੇਸ਼ ਦੀ ਪਾਰਲੀਮੈਂਟ ਦੇ ਵਿੱਚ, ਉਹਨਾਂ ਦੀ ਗੱਲਬਾਤ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਰੱਖਾਂ, ਇਹ ਮੈਂ ਕੋਸ਼ਿਸ਼ ਕਰਾਂਗਾ। ਪਰਮਾਤਮਾ ਫਤਿਹ ਬਖਸ਼ੇ। ਸੋ ਫੇਰ ਸ਼ਾਮ ਨੂੰ ਤੁਹਾਡੇ ਨਾਲ ਲਾਈਵ ਹੁੰਦੇ ਹਾਂ ਜਦੋਂ ਸਾਰੇ ਦਿਨ ਦੀ ਕੈਂਪੇਨ ਕਰਕੇ ਆਵਾਂਗੇ। ਹੁਣ ਅੱਜ ਸਾਰਾ ਦਿਨ ਸ਼ਹਿਰ ਲੁਧਿਆਣੇ ਦੇ ਵਿੱਚ ਹੈ ਮੈਂ ਔਰ ਕੱਲ ਨੂੰ ਤੁਹਾਨੂੰ ਦੱਸਿਆ ਕਿ ਨੋਮੀਨੇਸ਼ਨ ਭਰਨੇ ਹੈ, ਫਿਰ ਜਿਵੇਂ ਅੱਜ ਸਾਰਾ ਦਿਨ ਕੰਪੇਨ ਹੋਏਗੀ ਤੁਹਾਨੂੰ ਫੇਸਬੁੱਕ ਰਾਹੀਂ
ਸੋਸ਼ਲ ਮੀਡੀਆ ਰਾਹੀਂ ਤੁਹਾਨੂੰ ਜਾਣੂ ਕਰਵਾਉਂਦਾ ਰਹਾਂਗਾ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਪਿਆਰ ਦੇਣ ਲਈ ਜੁੜੇ ਰਹੇ ਹੋ। ਤੇ ਹਰੇਕ ਵਿਅਕਤੀ ਨੂੰ ਮੇਰੀ ਬੇਨਤੀ ਹੈ, ਜਿਹੜਾ ਰਾਜੇ ਵੜਿੰਗ ਨੂੰ ਪਿਆਰ ਕਰਦਾ ਹੈ, ਜਿਹੜਾ ਧੋਖੇਬਾਜ਼ਾਂ ਤੋਂ ਨਫ਼ਰਤ ਕਰਦਾ ਹੈ ਔਰ ਜਿਹੜਾ ਗਦਾਰ ਲੋਕਾਂ ਤੋਂ ਨਫ਼ਰਤ ਕਰਦਾ ਹੈ, ਇੱਕ ਉਹਨਾਂ ਦੇ ਖਿਲਾਫ਼ ਤੁਸੀਂ ਸੁਨੇਹਾ ਦੇਣਾ ਹੈ ਲੁਧਿਆਣੇ ਦੇ ਵਿੱਚ ਔਰ ਜਗ੍ਹਾ ਜਗ੍ਹਾ ਤੋਂ ਜਿੱਥੇ ਤੁਹਾਡੇ ਕੋਈ ਰਿਸ਼ਤੇਦਾਰ, ਭੈਣ ਭਰਾ, ਸੱਜਣ ਮਿੱਤਰ, ਦੋਸਤ ਬੈਠਾ ਹੈ, ਉਹਨੂੰ ਇਹ ਸੁਨੇਹਾ ਲਾ ਦਿਓ ਕਿ ਇਸ ਵਾਰੀ ਦੀ ਜਿਹੜੀ ਨਿਰਣਾਇਕ ਲੜਾਈ ਹੈ, ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਹੈ, ਦੇਸ਼ ਦੇ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਹੈ ਔਰ ਉਹ ਇੱਕ ਹੀ ਪਾਰਟੀ ਬਚਾ ਸਕਦੀ ਹੈ, ਕਾਂਗਰਸ ਪਾਰਟੀ। ਇੱਧਰ ਉੱਧਰ ਨਾ ਆਪਦੀ ਵੋਟ ਖਰਾਬ ਕਰਦੇ ਹੋਏ ਸਮੁੱਚੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਹੱਥ ਪੰਜੇ ਦਾ ਬਟਨ ਨੱਪ ਕੇ ਤੁਸੀਂ ਕਾਮਯਾਬ ਬਣਾਉਣਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਫਿਰ ਮਿਲਦੇ ਹਾਂ ਦੁਬਾਰਾ। ਥੈਂਕ ਯੂ, ਸਤਿ ਸ੍ਰੀ ਅਕਾਲ ਸਾਰਿਆਂ ਨੂੰ।